kanadında. Bak ya ne var mı? Adede. ਆ ਲੱਥਾ ਵੇ ਆ ਬਕਾਰ ਹੈ ਹੁਣ ਆ ਬਕਾਰ ਹੈ ਨਹੀਂ ਆ ਗਾਰਡ ਦਾ ਤੇ ਪਹਿਲਾਂ ਕਿਹੜਾ ਪਿਆ ਸੀ ਸੁਜ਼ੂਕੀ ਐਸਐਨ ਫਿਰਦਾ ਹੈ ਅੱਛਾ ਕਿ ਉਹ ਅੱਛਾ ਉਹ ਗਾਰਡ ਦਾ ਗਾਰਡ ਦਾ ਫਿਲਟਰ ਜੋ ਡਰਵਾਇਆ ਉਹ ਕਹਿ ਰਹੇ ਅੱਛਾ ਗੰਦਾ ਕਿਤਨਾ ਹੋਣਾ ਜੇ ਤੁਸੀਂ ਸਾਡੇ ਵਾਲਾ ਕੋਈ ਡਸਟ ਵਗੈਰਾ ਇਸ ਪਰ ਜਮੀ ਹੈ ਤੇਰੀ ਸ਼ਹਿਰ ਹੈ ਹਮ ਲੋਕੋ ਨੇ ਜਬ ਵੀ ਆਇਲ ਜੋ ਹੈ ਨਾ ਚੇਂਜ ਕਰਵਾਉਣਾ ਉਹਨੂੰ ਹਮਾਰੇ ਜੀ ਸ਼ੇਖਪੁਰਾ ਮੇਂ ਦੁਕਾਨ ਹੈ ਹੋਮ ਸਟੋਰ ਵੀ ਹੈ ਨਾ ਮੈਂ ਆਪਕੋ ਵੀ ਕਰਤਾ ਹੂੰ ਬਾਹਰ ਸੇ ਜਬ ਵੀ ਹਮ ਲੋਕੋ ਨੇ ਆਇਲ ਚੇਂਜ ਕਰਵਾਉਣਾ ਹੋ ਹਮ ਲੋਕ ਨਾ ਯਹਾਂ ਪਰ ਆਤੇ ਹੈ ਵਾਨ ਸਟੋਪ ਕਾਰ ਕੇਅਰ ਕੇ ਵੀ ਲੋਕ ਕੇ ਪਾਸ ਜੋ ਬੁਲਾਏ ਲੈਣ वो अच्छा और जो है ना इसमें दो नंबर और एक नंबर भी होता है उनके पास जो है ना असल अच्छा मिल जाता है मोबाइल आज मोबाइल आज क्या पाना हूँ अच्छा एक नंबर तेल की निशानी की है जरा एक नंबर तेल है ना वो जो किनारे जो सारे ने ना वो इको जैसे ठीक है जरा दो नंबर है ना वो रेती मार के उन्होंने ए जी सीर है ना अच्छा उस बाद बलोर ना इस तरह जो सील लानी है उस तो बाद सारा चीज खराब हो बैटरी का पानी चेक कर दिता है ਹੋ ਗਿਆ ਚੇਨ ਓਕੇ ਚਾਬੀ ਲਿਆ ਚਾਬੀ ਲਿਆ ਹੋ ਗਿਆ
ਪਹਿਲੇ ਤੁਸੀਂ ਉਹਨਾਂ ਕੋਲ ਸਪਰੇਅ ਵਗੈਰਾ ਕੀ ਆ, ਠੀਕ ਹੈ, ਸੀਜ਼ਨ ਜੇ ਕਿਸੇ ਕਿਸੇ ਨਾਲ ਸਾਫ ਹੋ ਚੁੱਕਾ ਅਸੀਂ ਦੁਬਾਰਾ ਜੋ ਨਾ ਹਵਾ ਮਾਰ ਕੇ ਸਿੱਖ ਕੇ ਕਰ ਲਿਆ ਇੰਜਨ ਕਿਤਨਾ ਸਾਫ ਹੋ ਚੁੱਕਿਆ। ਤੇਲ ਚੇਂਜ ਕਰਾ ਹੋ ਜਾਏਗਾ। ਦਾਦੀ ਆ ਥੱਲੇ ਕੋਈ ਫੀਲ ਸੂਲ ਲੀਕ ਤਾਂ ਨਹੀਂ ਹੁੰਦੀ ਹੈ ਉਸਤਾਦ ਜੀ? ਕਿਉਂ ਹੁੰਦੀ ਹੈ? ਕੱਲ ਸੀਲ ਪਵਾਈ ਨਵੀਂ, ਹੁਣ ਤਾਂ ਨਹੀਂ ਲੀਕ ਹੁੰਦੀ? ਨਹੀਂ ਹੁੰਦੀ। ਗਾਰਡ ਆਇਲ ਫਿਲਟਰ ਲੈ ਜੀ ਆਪਣਾ ਆਇਲ ਹਮਨੇ ਕਰਵਾ ਲਿਆ ਜੀ ਚੇਂਜ, ਔਰ ਕਿਕਸ ਕਾ ਓਰੀਜਨਲ ਆਇਲ ਚੇਂਜ ਕਰਵਾਇਆ ਜੀ। ਤੋ ਆਪ ਵੀ ਟਾਈਮ ਪੇ, ਐਲ ਪੀ ਜੀ ਗਾੜੀ ਹੈ ਤੋ ਟਾਈਮ ਪੇ ਆਇਲ ਚੇਂਜ ਕਰਵਾਏ, ਤਾਂ ਕਿ ਜੋ ਕਚਰਾ ਵਗੈਰਾ ਗੈਸ ਕਾ ਵੋ ਨਾ ਜਾਏ ਇੰਜਨ ਮੈਂ। ਸਹੀ ਹੈ ਤੋ ਚੈਨਲ ਕੋ ਲਾਜ਼ਮੀ ਸਬਸਕ੍ਰਾਈਬ ਕਰੇ ਜੀ।